ਤੇ ਆਪਣੇ ਕਿੰਨੇ ਦਿਨ ਵਿਹਲੇ ਆ ਆਰਡਰ ਦੇ ਆਪਣੇ ਕੀ ਨਾਮ ਆ ਜਿਹੜਾ ਹੈਗਾ ਨਾ 9 ਤਰੀਕ ਦਾ ਹਾਂ ਉਹ ਤਾਂ ਹੈਗਾ ਆਲ ਮਜੀਦ ਦਾ ਅੱਛਾ ਚਿਸ਼ਤੀਆ ਦਾ ਹਾਂ ਮੈਰਿਜ ਹਾਲ ਦਾ ਦੂਸਰਾ 15 ਤਰੀਕ ਦਾ ਹੈਗਾ ਵਾ ਕੋਹੇ ਨੂਰ ਦਾ ਅੱਛਾ 300 ਦੇਗ ਦਾ ਇੰਤਜ਼ਾਮ ਅੱਛਾ ਹਾਂਜੀ ਅੱਛਾ ਤੇ 14 ਤਰੀਕ ਦਾ ਹੈਗਾ ਵਾ ਅਲ ਸ਼ਮਸ਼ਨੂਰ ਅੱਛਾ ਉੱਥੇ ਦਾ ਉਹ ਇੱਕ ਫੌਜੀ ਦਾ ਵੀ ਆਰਡਰ ਆਇਆ ਸੀ 7 ਮਹੀਨੇ ਦੀਆਂ ਦੇਗਾਂ ਪਕਾਉਣੀਆਂ ਸੀ ਹਾਂਜੀ ਉਹ 8 ਦੇਗਾ ਵਾ 8 ਦੇਗਾ ਹਾਂਜੀ ਸਹੀ ਹੋ ਗਿਆ ਤੇ ਬੰਦੇ ਵੀ ਆਪਣੇ ਕੋਲ ਉਧਰ ਨਹੀਂ ਹੈ ਬੰਦੇ ਨਹੀਂ ਹੈ ਹਾਂ ਰਾਜਾ ਜਿਹੜਾ ਨਾ ਆਪਣਾ ਹਾਂ ਉਹ ਗਿਆ ਹੋਇਆ ਉਹਨਾਂ ਦੀ ਫੌਜੀ ਹੋ ਗਈ ਹੋਈ ਹੈ ਅੱਛਾ ਤੇ ਉੱਥੇ ਗਿਆ ਹੋਇਆ ਤੇ ਤੁਸੀਂ ਰਹਿਮਾਨ ਨੂੰ ਫੋਨ ਕਰੋ ਅੱਛਾ ਉਹ ਨੂੰ ਦੂਸਰਾ ਸਾਫੀ ਰਾਜੇ ਦਾ ਹੈ ਕਿਹੜੀ ਤਰੀਕ ਦਾ ਵਾ ਉਹ 14 ਤਰੀਕ ਦਾ 14 ਹਾਂਜੀ ਕਿੰਨੇ ਵਜੇ ਆ 4 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਅੱਛਾ ਰੋਟੀ 4 ਵਜੇ ਉਹਨਾਂ ਨੇ ਨਾ ਦੇਣੀ ਅਸਲਾਮ ਅਲੈਕਮ ਉਹ ਰਹਿਮਾਨ ਕਿਹੜੀ ਤਰੀਕ ਆ 14 14 ਤਰੀਕ ਨੂੰ ਕਿੰਨੇ ਵਜੇ 4 ਵਜੇ ਆ ਰੋਟੀ ਉਹਨਾਂ ਨੂੰ ਦੇਣੀ ਹੈ 4 ਵਜੇ 4 ਵਜੇ ਰੋਟੀ ਆਪਾਂ ਪਕਾ ਕੇ ਦੇਣੀ ਉਹਨਾਂ ਨੂੰ ਤੇ 4 ਵਜੇ ਹੈਗਾ ਤੇਰੇ ਕੋਲ 14 ਤਰੀਕ ਨੂੰ ਟਾਈਮ ਹਾਂ ਠੀਕ ਆ ਫੌਜ ਕੀ ਦਾ ਆਰਡਰ 8 ਦੇਗਾ 8 ਦੇਗਾ ਕਾਦੀਆਂ ਕਾਦੀਆਂ ਨਮਕੀਨ 4 4 ਨਮਕੀਨ ਆ ਤੇ 4 ਗੋਸ਼ਤੀ ਆ ਮੁਰਗੇ ਦੀ 4 ਮੁਰਗੇ ਦੇ ਗੋਸ਼ਤੀਆਂ ਆਹੋ ਤੇ ਨਾਨਾ ਨਾਲ ਵੀ ਨਾਲ ਲੈ ਆਈ ਮੈਂ ਕਹਿੰਦਾ ਨਾ ਨਾ ਤੇ ਰੋਟੀ ਨਾ ਆ ਗਿਆ ਭਾਈ ਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਰਾਜਾ ਸਾਹਿਬ ਹੈਗੇ ਜੀ ਜੀ ਬਿਲਕੁਲ ਹੈ ਆਪਣਾ ਕੋ ਕਰਨੀ ਸੀ ਆਰਡਰ ਉਡਰ ਦੀ ਗੱਲ ਇੱਕ ਮਿੰਟ ਟਾਈਮ ਲੈ ਲਓ ਟਾਈਮ ਹੈ ਸਰ ਕੋਈ ਕੌਣ ਆਰਡਰ ਆ ਬਹੁਤ ਵੱਡਾ ਆਂਦੇ ਆਰਡਰ ਹੈਗਾ ਆਂਦੇ ਆਂਦੇ ਨਾਮ ਪੁੱਛ ਲਈ ਨਾਮ ਕੀ ਹੈ ਭਾਈ ਨਾਮ ਹੈਗਾ ਜੀ ਰਾਣਾ ਵਿਕਾਸ ਪੂਛ ਫੜ ਕੇ हनीफ नी ओदी बेटी दी भी शादी आ 19 तरीक रात दा तेरा फंक्शन है कि रात दा रात दा ਕਿੰਨੇ ਆਰਡਰ ਕਿੰਨੇ ਆ ਆਪਣੇ ਕੋਲ 1 ਮਿੰਟ ਤੇ ਬਾਕੀ ਉਹ ਆਪਣਾ ਅਸ਼ਰਫ ਹਾਂ ਉਹਨਾਂ ਨੇ ਮਾਸ਼ਾਅੱਲਾ ਆਪਣਾ ਸ਼ੋਰੂਮ ਖੋਲਿਆ ਤੇ ਉਹਨਾਂ ਨੇ ਵੀ ਦੇਗਾ ਦੇਣੀ ਆ ਕਹਿੰਦੇ ਸੀ ਯਾਰ ਕੋਈ ਲੰਗਰ ਦਾ ਕਿੰਨੇ ਤਰੀਕ ਦਾ ਉਹ 28 ਤਰੀਕ ਦਾ 28 ਤਰੀਕ ਦਾ ਆਪਣਾ ਤਾਂ ਪੂਰਾ ਮਹੀਨਾ ਹੀ ਨਹੀਂ ਰਹਿੰਦਾ ਭਾਈ ਯਾਰ ਮਾਸ਼ਾਅੱਲਾ ਹਾਂਜੀ ਭਾਜੀ ਇਹ ਆਪਣਾ ਇਹ ਕੀ ਆ ਜੀ ਆਸਤਾਨਾ ਦੇਗਾ ਦੂਗਾ ਦਾ ਇਹ ਭਾਈ ਇਹਨੂੰ ਪਕਵਾਨ ਨਾ ਅੱਛਾ ਅੱਛਾ ਬਾਲਨ ਸਾਲ ਨੂੰ ਵੀ ਰੱਖਿਆ ਆਇਆ ਆਪਣਾ ਵੀ ਆਰਡਰ ਹੈਗਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਕਿੰਨੀਆਂ ਦੇਗਾ ਦਾ ਭਾਜੀ ਕਿੰਨੀਆਂ ਦੇਗਾ ਆਪਣੇ ਕੋਲ ਤੁਸੀਂ ਹੁਕਮ ਕਰੋ ਕਿੰਨੀਆਂ ਦੇਗਾ ਚਾਹੀਦੀ ਆ ਕਿੰਨਾ ਇੰਤਜ਼ਾਮ ਕਰਨਾ ਤੁਹਾਡਾ ਤੁਹਾਡੇ ਕੋਲ ਕਿੰਨੀਆਂ ਦੇਗਾ ਵਾ ਪੂਛ ਫੜ ਗਈ ਭਾਜੀ ਇੱਧਰ ਉੱਧਰ ਕੀ ਦੇਖਦੇ ਆ ਦੱਸੋ ਤੁਸੀਂ ਕਿੰਨੀਆਂ ਦੇਗਾ ਦਾ ਇੰਤਜ਼ਾਮ ਕਰਨਾ ਤੁਹਾਡੇ ਕੋਲ ਮਾਸ਼ਾਅੱਲਾ ਕਿੰਨੀਆਂ ਦੇਗਾ ਪੂਛ ਫੜ ਗਈ ਆਪਣੇ ਕੋਲ 5000 ਦਾ ਇੰਤਜ਼ਾਮ ਦੇਗਾ ਜਿੰਨੀਆਂ ਵੀ ਤੁਸੀਂ ਆਰਡਰ ਦੱਸੋ ਬੁੱਕ ਕਰ ਦਿਓ 5000 ਬੁੱਕ ਕਰ ਦਿਓ ਆਪਣੀ ਵੀ ਬਹੁਤ ਵੱਡੀ ਖੁਸ਼ੀ ਕਰਨੀ ਹੈ ਬਹੁਤ ਵੱਡੀ ਖੁਸ਼ੀ ਹੈ ਕਿਹੜੀ ਤਰੀਕ ਦਾ ਤਰੀਕ ਆਪਣਾ ਕੱਲ ਨੂੰ ਕੁਝ ਕਰ ਲਓ ਕੱਲ ਦਾ ਦੇਖੋ ਜੀ ਕੱਲ ਦਾ ਕੱਲ ਦਾ ਦਿਨ ਵੇਖਦੇ ਕੱਲ ਦੀ ਡੇਟ ਵੇਖਦੇ ਦੇਖ ਬਸ ਠੀਕ ਆ ਬੁੱਕ ਕਰ ਦਿਓ ਕੱਲ ਦੀ ਤੇ ਵੇਹਲੀ ਆ ਤੁਹਾਡੀ ਡੇਟ ਕੱਲ ਨੂੰ ਜੀ 9 ਤਰੀਕ ਹਾਂ 9 ਆਪਣਾ ਕੋਈ ਹੋ ਜਾ ਕੀ ਪਕਵਾਈ ਸਕਵਾਈ ਕੀ ਜਾ ਰਹੀ ਦੇਖ ਦੀ ਦੇਖ 5000 ਦੇਗ ਤੁਹਾਡੇ ਕੋਲ ਹਾਂਜੀ 5000 ਆ ਬਸ 5000 ਕਰ ਦਿਓ ਬੁੱਕ ਭਾਜੀ ਕੋਰਨੀ ਦੀ ਦੇਗ ਜਿਹੜੀ ਆ ਨਾ ਉਹ ਅਸੀਂ 8000 ਦੀ ਸਮਾਨ ਸਾਡਾ ਹੋਊਗਾ ਆਪਣਾ ਪੂਛ ਫੜ ਕੇ ਸਮਾਨ ਦੇ ਵਿੱਚ ਪੂਛ ਵੀ ਪਾਉਣੀ ਆ ਕਾਦੀ ਕੱਟੇ ਦੀ ਨਹੀਂ ਨਹੀਂ ਆਹੋ ਤੁਸੀਂ ਕਹਿੰਦੇ ਆ ਨਾ ਪੂਛ ਫੜ ਕੇ ਤੁਸੀਂ ਮੇਰੀ ਗੱਲ ਨਹੀਂ ਸਮਝੇ ਪੂਛ ਫੜ ਕੇ ਹਾਂਜੀ ਓ ਨੋ ਮੈਂ ਕਿਹਾ ਸਮਾਨ ਸਾਡਾ ਆਪਣਾ ਹੋਊਗਾ ਜੀ ਪੂਛ ਫੜ ਕੇ ਨਹੀਂ ਉਹ ਸਮਾਨ ਤੇ ਤੁਹਾਡਾ ਆਪਣਾ ਹੋਊਗਾ ਕਿ ਆ ਪੂਛ ਫੜ ਕੇ ਇਹਦਾ ਤਕੀਆ ਕਲਾਮ ਆ ਜੀ ਸਾਡਾ ਪੂਛ ਫੜ ਕੇ ਅੱਛਾ ਤਕੀਆ ਪਾਇਆ ਆ ਭਾਜੀ ਤਕੀਆ ਕਲਾਮ ਆ ਜੀ ਆਪਣਾ ਪੂਛ ਫੜ ਕੇ ਡਾਕਟਰੀ ਵੀ ਕਰਦੇ ਹੋ ਹਾਂਜੀ ਜਿੱਥੇ ਕੋਈ ਮਰੀਜ਼ ਚੱਕਰ ਜਿਵੇਂ ਤੇ ਲਾ ਦੇ ਦੀ ਬੋਟੀ ਕਾ ਬੋਤਲ ਤੁਹਾਨੂੰ ਵੀ ਮੈਨੂੰ ਖੂਨ ਦੀ ਕਮੀ ਲੱਗਦੀ ਆ ਨਹੀਂ ਨਹੀਂ ਆਰਡਰ ਆਪਣਾ ਜੀ ਖੁਸ਼ੀ ਕਰਨੀ ਆ ਮੁੰਡੇ ਵਾਸਤੇ ਮੁੰਡਾ ਪੈਦਾ ਹੋਇਆ
मुंडा नहीं पैदा नहीं होया, मुंडा तो पैदा होके भी जवान हो गया। चलो खुशी मुंडा अपना आया जी, बारो आया समझ लो अपने नाल भाई। हाँ टैडी कर लो पचास देसी कर लेने क्यों शायद सौ बकरा वा कोई कट्टा वा कोई मुर्गा वा को रल मिल के जरा ना सोना पकाना कोई किसी चीज की कमी ना हो अच्छा इस्तेमाल करना पूछ फड़ के पूछ कादी फड़ते इना दस दो माड़ा जा देगा पकानिया वा पकानिया एदा दिया पूरे इलाके च ना हो जाए पिंड वाले एक बार खान उंगलियां चटते रह जाने भी बाकी किसी नाई का हाथ पकया हो बिडू पकवान सेंटर का नाम सुनिया मशहूर अपने पूरे बावल नगर च सानू आर्डर आंदे आ सानू अगले दिन फैसलाबाद आर्डर आया ते सफाई सुथराई का पूरा ख्याल रखना पूछ फड़ के। हाँ जी किसी चीज की कमी ना हो पूछ फड़ के सफाई देखो यार साडे सफाई दा दिखाओ यार उन्हें सफाई दा क्या नजर आ रही है सफाई सफाई एदा दे या भाई टम्बू शंबू पे है ना तो कई बारी अपना ना जी अपने मुंडा को हो गया सी कतल एक हां जी नाल दे गवांडियां कोलो ना कतल हो गया तो जेल तो छुट के आ रहा मुंडा अपना अल्लाह मां ठीक है ते ओदी खुशी च आपा देगा चाढ़नी आ टोटल जिनी देग हैगी सारी चाड़ देनी पूछ फड़ के। कितने सालों बाद भाई मुंडा छुट के आया मुंडा जी 10 सालों बाद छुट के आया पूछ फड़ के। कितनी उम्र सी जदों जेल से गया सी उदो मेरे ख्याल च 17 18 साल दा सी बच्चा जदों उने कत्ल दे केस से गया पूछ फड़ के ते 10 साल हो रहा ला निंदे उनु जेल च फेर के सी इकट्ठा एको बारी लिया हुंदे भाजी आपां नु की तुसी देगा नी ते ओ ना जी आया मुंडा ते चा वा आर्डर लिखाओ अपना आर्डर लिखाओ भाई आर्डर सुन लो की कितना लगी बताई यार बड़ा पूछ फड़ के हाथ हुथ नहीं मारना किसी चीज नू बड़ी गंदी आदत है यार तुहाडी हाथ दी यार साडी मजबूरी है। अच्छा ओए साडी गल ही नहीं सुनदे हां जी हां जी नहीं नहीं भाजी कल का आर्डर कैंसल है सर ओ कल का तो आर्डर आ गया 5000 देखदा हां जी 5000 देखदा आया माशाल्लाह नहीं नाल वाले नु कह लो टैपा नु कह लो टैपा नु हां जी बिडू पकवान सेंटर जन कहे यार आया सुनन होर वालेकुम सलाम हां जी बकरी सोन वाली है मैं बस आर्डर लिखवाण आया इथे बकरी नु पूछ फड़ के हां आहो तुसी बस मेरा इंतजार करो पूछ फड़ के बस मैं आया 10-5 मिनट चाहिए पूछ फड़ के वालेकुम सलाम पता नहीं मैं आते आप बड़ा तंग आया तो दाखली भी करी दी है। अच्छा जी वो मुंडा ना आया अपना फड़ फड़ के पला पूछ अपना जेल दे बिचों आया लगता ते दे है वो नाल ना नाल दे गवांडियां ना लड़ाई लुई हो गई सी कतल हो गया सी बंदा बच्चा सी बच्चे ने गोली मार दी पूछ फड़ के उस तो बाद ना आपा जड़ी देगा पकानी है भी मतलब ना हिक दे उत्ते रख के देग पकानी है हिक दे हां जी असी ते चूल्हे उत्ते रख के पकानी है मेरी गल ही समझे पूछ फड़ के कि जिन्ना दा बंदा मरया ना जी ਉਹਨਾਂ ਦੇ ਬੂਹੇ ਮੋਰੇ ਤੁਸੀਂ ਦੇਗਾ ਪਕਾਉਣੀ ਆ ਅੱਛਾ ਪੂਛ ਫੜ ਕੇ
ਆਪਾਂ ਜਿਹੜੇ ਸਾਈਡ 'ਚ ਹੋਏ ਨਾ ਤੁਸੀਂ ਅਤੇ ਸਮਾਨ ਤੁਹਾਨੂੰ ਸਾਰਾ ਮਿਲ ਜਾਏਗਾ ਪੂਛ ਫੜ ਕੇ। ਤੇ ਸ਼ਰੀਕਾਂ ਦੇ ਜਿਹਨਾਂ ਦਾ ਬੰਦਾ ਕਤਲ ਹੋਇਆ ਨਾ ਉਹਨਾਂ ਦੇ ਦਰਵਾਜ਼ੇ ਦੇ ਮੋਹਰੇ ਚੋਰ ਕੱਢ ਕੇ ਤੇ ਪੂਛ ਫੜ ਕੇ। ਓਏ ਇੱਕ ਮਿੰਟ, ਓਏ ਇੱਕ ਮਿੰਟ, ਓ ਜਾਦੇ ਦਾ ਫੋਨ ਆਇਆ ਤੇ ਉਹਦਾ ਆਰਡਰ ਲੈ ਲੈ। ਅਸੀਂ ਜਦੋਂ ਦੇ ਦੇਣਾ ਨਾ ਸਮਾਨ ਤੇ ਫਿਰ ਤੁਸੀਂ ਜਾਣਾ ਸਾ ਭਾਈ ਰੱਖ ਆਪਣਾ ਸਮਾਨ 5000 ਕੰਨੀਆਂ ਨਾਨ ਲੱਗ ਜਾਣਾ ਹੌਸਲਾ ਰੱਖ। ਹੈਲੋ ਹੌਸਲਾ ਰੱਖ ਭਾਈ। ਉਹ ਭਾਜੀ ਕੱਲ ਨੂੰ ਅਸੀਂ ਹਾਜ਼ਰ ਆ ਭਾਜੀ। ਆਰਡਰ ਮੈਂ ਕੈਂਸਲ ਸਮਝਿਆ ਪੂਛ ਫੜ ਕੇ। ਮੈਨੂੰ ਲੱਗਦਾ ਤੁਹਾਡਾ ਵੀ ਕੰਮ ਹੋ ਜਾਣਾ ਹੈਗਾ ਪੂਛ ਫੜ ਕੇ। ਹੈਲੋ ਉਹ ਭਾਈ ਕੰਮ ਹੋ ਜਾਣਾ ਧਮਕੀਆਂ ਕਿਹਨੂੰ ਦਿੰਦੇ ਆ? ਚਲੋ ਕਰਦਾ ਫੋਨ, ਮੈਂ ਕਰਦਾ ਫੋਨ। ਮੈਨੂੰ ਕਹਿੰਦਾ ਕਤਲ ਕੀਤਾ, ਕਤਲ ਕੀਤਾ। ਹੈਲੋ ਓ ਬਾਬਾ ਬਸ਼ੀਰ ਯਾਰ, ਰਾਜੇ ਆਪਣਾ ਆਰਡਰ ਨਹੀਂ ਫੜਨ ਦੇ ਹੈਗੇ। ਇਹ ਕਿਹੜਾ ਬਸ਼ੀਰ ਆ ਭਾਈ? ਉਹੀ ਜਿਹੜਾ ਜੇਲ੍ਹ ਤੋਂ ਫੁੱਟ ਫੁੱਟ ਗਿਆ। ਬੰਦ ਕਰ ਕੇ, ਬੰਦ ਕਰ, ਆਜਾ ਆਜਾ ਪਹੁੰਚ ਇੱਥੇ। ਉਹ ਆਰਡਰ ਨਾ ਕਰਦੇ ਜੀ, ਮੈਨੂੰ ਜਾਣਦੇ ਨਹੀਂ ਹੈਗੇ ਪੂਛ ਫੜ ਕੇ। ਪੂਛ ਫੜ ਕੇ ਤੁਹਾਨੂੰ ਜਾਣਦੇ ਸੀ ਜਾਂ ਠੀਕ ਸਮਝਦੇ ਕੀ ਆ? ਮੈਂ ਤੁਹਾਡੇ ਕੋਲ ਆਰਡਰ ਲੈ ਕੇ ਆਇਆ, ਤੁਸੀਂ ਅੱਗੇ ਮੇਰੇ ਨਾਲ ਬਦਮਾਸ਼ੀ ਕਰ ਰਹੇ ਪੂਛ ਫੜ ਕੇ। ਹੈਲੋ ਵਾਲੇਕਮ ਸਲਾਮ। ਹੋਸਟ ਤੇ ਕਮੀ ਨਾ ਰਵੇ। ਚੁੱਪ ਕਰ ਫੋਨ। ਹਾਂ ਕਿਸੇ ਤਰ੍ਹਾਂ ਵੀ ਫੋਨ ਹੋ ਰਿਹਾ, ਚੁੱਪ ਛੱਡ ਕੇ। ਅਸੀਂ ਭਾਈ ਇੱਥੇ ਬੰਦਾ ਆਇਆ ਵਾ 5000 ਦੇਗਾ ਤੇ ਗੋ ਬਦਮਾਸ਼ੀ। ਉਹ ਨਹੀਂ ਨਹੀਂ ਉਹ ਅਨਕ ਬੰਦੀ ਉਹਨੂੰ ਕਹੇ। ਓ ਨੋ ਅਸੀਂ ਹਾਂਜੀ ਆਹੋ ਜੀ ਕੋਈ ਪੂਛ ਫੜਨੇ ਵਾਲਾ ਇਦਾਂ ਦਾ ਵਾ ਜੀ, ਡਾਕਟਰੀ ਵੀ ਕਰਦਾ ਵਾ। ਆਹੋ ਤੁਸੀਂ 2 ਮਿੰਟਾਂ 'ਚ ਵੱਡਾ ਬਦਮਾਸ਼ ਬਣਿਆ ਫਿਰਦਾ। ਭਾਈ ਤੂੰ ਚੋਰ ਆ, ਇੱਥੇ ਕੋਈ ਚੋਰੀ ਕਰਕੇ ਲੈ ਜਾਣੀ ਸਾਡੀ ਚੋ ਭਾਈ। ਓ ਭਾਈ ਆਰਾਮ ਨਾਲ ਓਏ, ਤੇ ਮੇਰੇ ਨਾਲ ਗੱਲ ਕਰੀ ਨਾਲ ਮੀਰ ਦਾ ਮੀਰ ਦਾ ਤੂੰ ਆ ਰੇ ਕੌਣ ਆ ਰਿਹਾ? ਖਬਰਦਾਰ ਹੋ ਜਾ ਰਿਹਾ ਤੁਹਾਨੂੰ ਦੱਸ ਜੀ, ਨਹੀਂ ਪਕਾਉਣੀ ਆ। ਠੀਕ ਆ ਅਸੀਂ ਚੱਲਦੇ ਆ। ਕਿੱਥੇ ਚੱਲਦੇ? ਪੂਛ ਫੜ ਕੇ ਬੈਠੋ, ਚਾਹ ਪਾਣੀ ਕਰ ਲੈ ਪਾਣੀ ਤੋਂ। ਚਲੋ ਉੱਠੋ ਸ਼ਾਹੀ, ਪੂਛ ਫੜ ਕੇ ਬੈਠੋ। ਭਾਜੀ ਬੈਠੋ, ਕਿੱਥੇ ਜਾਂਦੇ? ਬੈਠੋ, 5000 ਦੇਖਦਾ ਅਸੀਂ ਤੁਹਾਡੇ ਕੋਲ ਪੈਸੇ ਵੀ ਨਹੀਂ ਦਿੰਦੇ। ਪੂਛ ਫੜ ਕੇ ਜਾਣ ਦਿਓ, ਤੁਹਾਨੂੰ ਪੂਛ ਫੜ ਕੇ ਜਾਣ ਦਿਓ। ਚਲੋ ਬੈਠੋ ਬੈਠੋ ਕਰੋ ਇਹਨਾਂ ਨੇ ਅੱਗੇ ਫੋਨ ਕਾਰ ਆਉਂਦਾ ਆਂਦੇ ਪਏ ਆਉਂਦੀ। ਓ ਛੱਡ ਓਏ, ਅਸੀਂ ਚੱਲਦੇ ਆ। ਆ ਮੇਰੀ ਪੂਛ ਫੜ ਕੇ ਚੱਲ, ਤਕੀਆ ਚਲਾਇਆ ਤੂੰ ਬਣਾ ਕੇ ਮੇਰਾ ਕੱਟਿਆ ਕਲਾਮ ਫੜ ਕੇ ਜਾਣ ਦੀ ਮੈਨੂੰ ਪੁੱਛ ਫੜ ਕੇ।